ਮੈਂ ਹਾਂ ਤੁਹਾਡਾ ਹੋਸਟ ਦੋਸਤ ਹਰਕੀਰਤ ਸਿੰਘ ਆਲੂਵਾਲੀਆ ਇਸ ਪ੍ਰੋਗਰਾਮ ਸਾਂਝੇ ਮਸਲੇ ਦੇ ਵਿੱਚ ਅੱਜ ਅਸੀਂ ਸੱਤ ਸਮੁੰਦਰ ਬਾਰ ਆ ਕੇ ਵਸੇ ਐਨਰਾਈਜ਼ ਪੰਜਾਬੀ ਕੀ ਕਹਿਣਾ ਚਾਹੁੰਦੇ ਹਨ ਅੱਜ ਤੁਸੀਂ ਉੱਥੇ ਮੋਰਚੇ ਲਾ ਰਹੇ ਹੋ ਔਰ ਇਹ ਵੀ ਕਿਸਾਨਾਂ ਦੇ ਪੁੱਤ ਕਿਸਾਨਾਂ ਦੀਆਂ ਧੀਆਂ ਸੱਤ ਸਮੁੰਦਰ ਪਾਰ ਆਪਣਾ ਰੋਸ ਪ੍ਰਗਟਾ ਰਹੀਆਂ ਹਨ ਔਰ ਕਹਿ ਰਹੀਆਂ ਹਨ ਕਿ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਬਾਰਵਜ ਦਾ ਜਿਹੜਾ ਐਨਆਰਆਈ ਹੈ ਜਿਹੜਾ ਪੰਜਾਬੀ ਹੈ ਜਿਹੜਾ ਸਿੱਖ ਹੈ ਉਹ ਇੱਕ ਹੀ ਗੱਲ ਕਹਿ ਰਿਹਾ ਹੈ ਕਿ ਡਟ ਜਾਓ ਔਰ ਦਿੱਲੀ ਵਿਖੇ ਕੂੰਚ ਕਰੋ ਔਰ ਤੁਹਾਡੀ ਕੂੰਚ ਦੇ ਵਿੱਚ ਅਸੀਂ ਤੁਹਾਡੇ ਨਾਲ ਪਿੱਛੇ ਖੜੇ ਹੋਏ ਆ ਇਸ ਟਾਈਮ ਜਸਪੰਜਾਬੀ ਦੀ ਟੀਮ ਮੌਜੂਦ ਹੈ ਜੀ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਟ੍ਰਾਈ ਸਟੇਟ ਦਾ ਇਹ ਕੇਂਦਰੀ ਸੰਸਥਾਨ ਮੰਨਿਆ ਜਾਂਦਾ ਹੈ ਇਸ ਆਰਗੇਨਾਈਜੇਸ਼ਨ ਨੂੰ ਮਦਰ ਸੁਸਾਇਟੀ ਵੀ ਈ ਸਕੂਲਸ ਦਾ ਕਿਹਾ ਜਾਂਦਾ ਹੈ ਸਿੱਖਾਂ ਦੀ ਆਵਾਜ਼ ਸੱਤ ਸਮੁੰਦਰ ਪਾਰ ਜਦ ਭਾਰਤ ਪਹੁੰਚਦੀ ਹੈ ਜਾਂ ਫਿਰ ਕੈਨੇਡਾ ਪਹੁੰਚਦੀ ਹੈ ਜਾਂ ਫਿਰ ਯੂਕੇ ਪਹੁੰਚਦੀ ਹੈ ਜਾਂ ਫਿਰ ਯੂਰਪ ਪਹੁੰਚਦੀ ਹੈ ਤਾਂ ਇੱਥੋਂ ਦੇ ਹੀ ਕਈ ਸਾਰੇ ਫੈਸਲੇ ਲਿੱਤੇ ਜਾਂਦੇ ਹਨ ਉਹਨਾਂ ਫੈਸਲਿਆਂ ਦੇ ਵਿੱਚ ਦਮ ਵੀ ਹੁੰਦਾ ਹੈ ਉਹਨਾਂ ਫੈਸਲਿਆਂ ਦੇ ਵਿੱਚ ਗੱਲਬਾਤ ਵੀ ਹੁੰਦੀ ਹੈ ਉਹਨਾਂ ਫੈਸਲਿਆਂ ਦੇ ਵਿੱਚ ਮੋਰਚੇ ਨੂੰ ਕਿਸ ਤਰੀਕੇ ਨਾਲ ਤਿੱਖਾ ਕਰਨਾ ਹੈ ਉਹ ਗੱਲਬਾਤ ਵੀ ਹੁੰਦੀ ਹੈ ਗੁਰਦੇਵ ਸਿੰਘ ਕੰਗ ਇਸ ਮਦਰ ਸੁਸਾਇਟੀ ਦੀ ਗੁਵਾਈ ਕਾਫੀ ਸਾਲਾਂ ਤੋਂ ਕਰਦੇ ਹੋਏ ਆਏ ਕਈ ਹੋਰ ਵੀ ਇਹ ਸ਼ਖਸੀਅਤਾਂ ਇੱਥੇ ਮੌਜੂਦ ਹਨ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਮੋਢਿਆਂ 'ਤੇ ਚੱਕੀ ਉਹਨਾਂ ਵਿੱਚੋਂ ਇੱਥੇ ਕੁਲਦੀਪ ਸਿੰਘ ਢਿੱਲੋਂ ਜਤਿੰਦਰ ਸਿੰਘ ਬੋਪਾ ਰਾਏ ਹਰਜੀਤ ਰਿਆੜ ਦਰਬਾਰਾ ਸਿੰਘ ਬੂਟਾ ਸਿੰਘ ਚੀਮਾ ਕਈ ਸਾਰੀਆਂ ਸ਼ਖਸੀਅਤਾਂ ਮੌਜੂਦ ਹਨ ਬਲਾਕਾ ਸਿੰਘ ਜਿਨ੍ਹਾਂ ਨੂੰ ਤੁਸੀਂ ਆਲਰੇਡੀ ਵੇਖ ਚੁੱਕੇ ਹੋ ਔਰ ਉਹਨਾਂ ਦੇ ਵਿੱਚ ਇੱਕ ਗੱਲ ਬਾਤ ਨਜ਼ਰ ਆ ਰਹੀ ਹੈ ਕਿ ਅਸੀਂ ਇਸ ਸੰਘਰਸ਼ ਦੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਖੜੇ ਆਂ ਸਿਰਫ ਸਾਡੇ ਬਜ਼ੁਰਗ ਹੀ ਨਹੀਂ ਸਾਡੇ ਭਰਾ ਹੀ ਨਹੀਂ ਸਾਡੀਆਂ ਭੈਣਾਂ ਵੀ ਕਹਿ ਰਹੀਆਂ ਹਨ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਔਰ ਇਹ ਗੱਲ ਵੀ ਕਹਿ ਰਹੀਆਂ ਹਨ ਕਿ ਵੀ ਆਰ ਡਾਟਰ ਆਫ ਫਾਰਮਰਸ ਇੱਥੇ ਅੱਜ ਡਾਕਟਰ ਰਾਜਵਿੰਦਰ ਕੋਰ ਅਭਿਨਾਸ਼ ਕੋਰ ਹਰਪਾਲ ਕੋਰ ਅਮਰਜੀਤ ਅਮਨਪ੍ਰੀਤ ਕੋਰ ਰੰਧਾਵਾ ਇਹ ਸਾਰੇ ਭੈਣਾਂ ਹੀ ਕਹਿ ਰਹੀਆਂ ਹਨ ਕਿ ਬੀਬੀਆਂ ਡਟ ਜਾਓ ਚਿੰਤਾ ਕਰਨ ਦੀ ਲੋੜ ਨਹੀਂ ਦਿੱਲੀ ਤੁਸੀਂ ਉੱਥੇ ਜਾਓ ਅਸੀਂ ਤੁਹਾਨੂੰ ਹੰਗਾਰਾ ਇੱਥੋਂ ਪਰਾਂਗੇ ਗੁਰਦੇਵ ਸਿੰਘ ਕੰਗਹੋੜਾ ਤੋਂ ਮੈਂ ਸ਼ੁਰੂਆਤ ਕਰਨਾ ਚਾਹਾਂਗਾ ਇਸ ਪ੍ਰੋਗਰਾਮ ਦੀ ਔਰ ਇਹਨਾਂ ਨੂੰ ਤਾਂ ਜਾਨਣਾ ਚਾਹਾਂਗਾ ਕਿ ਦਿੱਲੀ ਕਿੰਨੀ ਦੂਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਆਪਣੇ ਬਜ਼ੁਰਗਾਂ ਨੂੰ ਆਪਣੇ ਕਿਸਾਨ ਭਰਾਵਾਂ ਨੂੰ ਮਜ਼ਦੂਰਾਂ ਨੂੰ ਸਾਡੀਆਂ ਬੀਬੀਆਂ ਨੂੰ ਇੱਕੋ ਸੰਦੇਸ਼ ਦੇਣਾ ਚਾਹਨਾ ਕਿ ਸਾਡੇ ਦਿਲਾਂ ਦੇ ਵਿੱਚ ਇੱਥੇ ਬਹੁਤ ਅਸੀਂ ਦਰਦ ਮਹਿਸੂਸ ਕਰਦੇ ਹਾਂ ਕਿ ਜਿਹੜਾ ਤੁਸੀਂ ਦਿੱਲੀ ਦੇ ਉੱਤੇ ਮੋਰਚਾ ਲਾਇਆ ਤੁਸੀਂ ਦਿੱਲੀ ਆਲਰੇਡੀ ਪਹੁੰਚ ਚੁੱਕੇ ਹੋ ਪਰ ਇੰਡੀਅਨ ਸਰਕਾਰ ਨੂੰ ਇਹ ਮੰਨਣਾ ਚਾਹੀਦਾ ਕਿ ਜਿਹੜਾ ਕੋਈ ਵੀ ਪਾਰਲੀਮੈਂਟ ਇਲੈਕਟਡ ਹੋ ਕੇ ਆਉਂਦੀ ਆ ਜੇ ਉਹ ਕਾਨੂੰਨ ਉਹਨਾਂ ਵਾਸਤੇ ਬੈਨੀਫਿਟ ਨਹੀਂ ਜਿਨ੍ਹਾਂ ਦੇ ਪਰਜਾ ਨੂੰ ਜਿਨ੍ਹਾਂ ਨੂੰ ਤੁਸੀਂ ਚਲਾਉਣਾ ਤੇ ਉਹ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਤਾਂ ਕਿ ਇਹ ਜਿਹੜੇ ਸਾਡੇ ਭੈਣ ਭਾਈ ਆ ਇਹ ਕਿੰਨੇ ਚਿਰ ਤੋਂ ਉੱਥੇ ਅੱਜ ਮੇਰਾ ਖਿਆਲ 2 ਮਹੀਨੇ ਹੋ ਚੱਲੇ ਆ ਜਿਨ੍ਹਾਂ ਨੇ ਇਹ ਮੋਰਚਾ ਲਾਇਆ ਵਾ ਤੇ ਉਹਦੇ ਮੋਰਚੇ ਦੀ ਇਹ ਸਫਲਤਾ ਹੋਵੇ ਤੇ ਉਹ ਆਪਣੇ ਘਰਾਂ ਵਿੱਚ ਹੋਣ ਦੂਸਰਾ ਮੈਂ ਇੱਕ ਇਹ ਜਰੂਰ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਸਰਕਾਰਾਂ ਕਈ ਤਰ੍ਹਾਂ ਦੀ ਕੋਸ਼ਿਸ਼ ਪੈਡ ਕਰਦੀਆਂ ਵਾਂ ਕਿਉਂਕਿ ਕਈ ਤਰ੍ਹਾਂ ਨਾਲ ਤੁਹਾਨੂੰ ਉਹਨਾਂ ਦੇ ਕਈ ਨਾਂ ਲੈਣੇ ਨੇ ਤੁਹਾਡੇ ਪਰ ਜਿਹੜੇ ਬਾਹਰਲਾ ਵਿਦੇਸ਼ੀ ਸਿੱਖਾ ਜਿਹੜੇ ਕੋ ਗੁਰੂ ਘਰ ਦੇ ਵਿੱਚ ਆਉਂਦੇ ਸੰਗਤਾਂ ਦੀ ਪੂਰ ਜ਼ੋਰ ਮੰਗਦੇ ਉੱਤੇ ਗੁਰੂ ਘਰ ਬੱਚੋ ਇੱਕ ਗੋਲਕ ਲਾਈ ਗਈ ਆ ਜਿਹੜੀ ਕਿ ਕਿਸਾਨ ਮਜ਼ਦੂਰ ਏਕਤਾ ਦੇ ਨਾਂ ਤੇ ਆ ਉਹਦੇ ਵਿੱਚ ਲੋਕੀ ਆਪਣੀ ਮਰਜ਼ੀ ਨਾਲ ਡੋਨੇਸ਼ਨ ਪਾਉਂਦੇ ਨੇ ਅਸੀਂ ਉਹਨਾਂ ਪਰਿਵਾਰਾਂ ਦੀ ਜ਼ਰੂਰ ਮਤ ਕਰਾਂਗੇ ਜਦੋਂ ਵੀ ਕਦੇ ਜ਼ਰੂਰਤ ਪਈ ਅਸੀਂ ਤਨੋਂ ਮਨੋਂ ਧਨੋਂ ਉਹਨਾਂ ਆਪਣੇ ਭੈਣਾਂ ਦੇ ਨਾਲ ਆਪਣੇ ਭਰਾਵਾਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਆਪਣੇ ਬਜ਼ੁਰਗਾਂ ਦੇ ਨਾਲ ਮੋਢੇ ਨਾਲ ਮੋਢਾ ਦੇ ਕੇ ਖੜੇ ਆ ਪਰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹ ਕਾਨੂੰਨਾਂ ਨੂੰ ਰੱਦ ਕਰੋ ਤਾਂ ਕਿ ਪੰਜਾਬ ਜਿਹੜਾ ਵਾ ਆਪਣੀ ਫੇਰ ਬਾਕੀ ਜਿਹੜਾ ਸਾਡਾ ਇੰਡੀਆ ਉਹ ਆਪਣੀ ਖੁਸ਼ਹਾਲੀ ਦੇ ਵਿੱਚ ਆਵੇ ਇਹ ਚੇਚੇ ਤੌਰ ਤੇ ਮੈਸੇਜ ਆ ਬਾਕੀ ਕਿਸੇ ਤਰ੍ਹਾਂ ਦਾ ਕੋਈ ਬਲੇਮ ਨਾ ਲਾਓ ਜਿਹੜੇ ਬਾਹਰਲੇ ਵਿਦੇਸ਼ੀ ਕਹ ਰਹੇ ਉਹ ਸਿਰਫ ਸਿਰਫ ਕਿਸਾਨ ਤੇ ਮਜ਼ਦੂਰ ਏਕਤਾ ਦਾ ਜਿਹੜਾ ਨਾਰਾ ਜਿਹੜਾ ਉਹ ਲਾਉਂਦੇ ਨੇ ਤੇ ਅਸੀਂ ਉਹਨਾਂ ਨਾਲ ਆਪਣੀ ਹਮਦਰਦੀ ਪ੍ਰਗਟ ਕਰਦੇ ਹਾਂ ਕਿਉਂਕਿ ਇਸ ਵਾਰੇ ਹੋਰ ਕੋਈ ਇਸ਼ੂ ਨਹੀਂ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਉੱਥੇ ਜਿੰਨੀ ਵੀ ਮੀਡੀਆ ਮੌਜੂਦ ਹੈ ਜਿੰਨੇ ਵੀ ਭਰਾ ਮੌਜੂਦ ਨੇ ਜਿੰਨੇ ਵੀ ਦਰਸ਼ਕ ਇਸ ਪ੍ਰੋਗਰਾਮ ਨੂੰ ਵੇਖ ਰਹੇ ਨੇ ਉਹਨਾਂ ਨੂੰ ਇਹੀ ਬੇਨਤੀ ਕੀਤੀ ਜਾ ਰਹੀ ਹੈ ਐਨਆਰਆਈ ਭਰਾਵਾਂ ਵੱਲੋਂ ਕਿ ਸਾਡੇ ਉੱਤੇ ਕੋਈ ਹੋਰ ਇਲਜ਼ਾਮ ਨਾ ਲਾਓ ਸਾਡੇ ਉੱਤੇ ਸਿਰਫ ਇਹ ਗੱਲ ਤੁਸੀਂ ਰੱਖੋ ਕਿ ਜਿਹੜਾ ਬਿੱਲ ਤੁਸੀਂ ਲਿਆਉਂਦਾ ਹੈ ਜਿਹੜਾ ਸਰਕਾਰ ਨੇ ਇਹ ਬਿੱਲ ਲਿਆਉਂਦਾ ਉਸ ਬਿੱਲ ਨੂੰ ਅਸੀਂ ਸਿਰਫ ਰੱਦ ਕਰਾਉਣਾ ਚਾਹੁੰਦੇ ਆ ਜਿਸ ਦਿਨ ਆਲੇ ਕਾਨੂੰਨ ਵਾਪਸ ਹੋ ਗਏ ਇਹ ਜਿਹੜਾ ਸੰਘਰਸ਼ ਚੱਲ ਰਿਹਾ ਹੈ ਸਤਸਮੁੰਦਰ ਪਾਰ ਨਿਊਯਾਰਕ ਦੀ ਧਰਤੀ ਦੇ ਉੱਤੇ ਉਹ ਤਿੱਖਾ ਹੈ ਹਾਂ ਜੇਕਰ ਤੁਸੀਂ ਵਾਪਸ ਲੈਂਦੇ ਹੋ ਤੇ ਅਸੀਂ ਸੋਚਾਂਗੇ ਕੀ ਸੋਚਾਂਗੇ ਉਹਦੇ ਨਾਲ ਅਸੀਂ ਤੁਹਾਨੂੰ ਦੱਸਾਂਗੇ ਵੀ ਇਸ ਗੱਲ ਨੂੰ ਦਵਿੰਦਰ ਸਿੰਘ ਬੋਪਾਰਾਏ ਮੇਨ ਨਾਲ ਮੌਜੂਦ ਹਨ ਗੁਰਦੁਆਰਾ ਸਿਕ ਕਲਚਰ ਸੁਸਾਇਟੀ ਦੇ ਮੁਖ ਸੇਵਾਦਾਰ ਹਨ ਉਹ ਕੀ ਸੋਚਦੇ ਹਨ ਔਰ ਕੀ ਕੁਝ ਸੁਨੇਹਾ ਉਹ ਇੱਥੋਂ ਦੀ ਆਪਣੇ ਕਿਸਾਨ ਭਰਾਵਾਂ ਨੂੰ ਪਹੁੰਚਾਉਣਾ ਚਾਹੁੰਦੇ ਹਨ ਵੌਇਸ ਆਫ ਐਨ ਆਰ ਆਈ ਸਾਂਝੇ ਮਸਲੇ ਦੇ ਤਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਹਰਕੀਰ ਜੀ ਸਮਾਂ ਬੜਾ ਨਾਜ਼ੁਕ ਆ ਸਭ ਤੋਂ ਪਹਿਲਾਂ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਪੈਣਾ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਜਿੰਨੇ ਵੀ ਆ ਕੇ ਦਿੱਲੀ ਬਾਰਡਰਾਂ ਤੇ ਬੈਠਿਆ ਵੱਖ-ਵੱਖ ਸਟੇਟਾਂ ਤੋਂ ਮੈਂ ਆਪਣੇ ਵੱਲੋਂ ਉਹਨਾਂ ਨੂੰ ਨਮਸਕਾਰ ਕਰਦਾ ਵਾਂ ਉਹਨਾਂ ਦਾ ਧੰਨਵਾਦ ਕਰਦਾ ਵਾਂ ਕਿਉਂਕਿ ਅੱਜ ਤੁਸੀਂ ਇੱਕ ਚੀਜ਼ ਦਾ ਸਬੂਤ ਦੇ ਦਿੱਤਾ ਵਾ ਕਿ ਜਿਹੜਾ ਸਾਨੂੰ ਇਹ ਕਹਿੰਦੇ ਸੀ ਕਿ ਇਹ 70% ਜਿਹੜੇ ਆ ਇਹ ਨਸ਼ਈ ਨੇ ਈਵਨ ਸਾਨੂੰ ਇਥੋਂ ਤੱਕ ਕਿਹਾ ਗਿਆ ਵੀ ਇਹਨਾਂ ਦੇ ਪੱਲੇ ਕੱਖ ਨਹੀਂਗਾ ਇਹ ਸ਼ਰਾਬੀ ਆ ਇਹ ਡਰੱਗੀ ਆ ਕਿਸੇ ਚੀਜ਼ ਦੇ ਕਾਬਿਲ ਹੀ ਨਹੀਂ ਅੱਜ ਇਹ ਸਿੱਧ ਕਰ ਦਿੱਤਾ ਵਾ ਕਿ ਜਿਹੜੇ ਤੁਸੀਂ ਟੋਏ 20 20 ਫੁੱਟ ਡੂੰਗੇ ਪੁੱਟੇ ਸੀ ਉਹ ਸਾਡੇ ਨੌਜਵਾਨਾਂ ਨੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ 70% ਨਸ਼ਈ ਆ ਹੱਥਾਣਾ ਪੂਰ ਦਿੱਤੇ ਤੁਹਾਡੇ ਟੈਂਕਰ ਜਿਹੜੇ ਸੀ ਤੁਸੀਂ ਬਰੂ ਦੇ ਨਾਲ ਭਾਰ ਦੇ ਨਾਲ ਲੱਦੇ ਸੀ ਉਹਨਾਂ ਖਿੱਚ ਕੇ ਉਧਾਂ ਸਾਈਡ ਤੇ ਕਰਤੇ ਆਪਾਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖਿਆ ਵਾ ਕਿ ਕਿਨੇ ਕਿਨੇ ਵੱਡੇ ਪੱਥਰ ਜਿਹੜੇ ਸੀ ਉਹ ਉਹਨਾਂ ਨੌਜਵਾਨਾਂ ਨੇ ਧੱਕੇ ਨਾਲ ਸਾਈਡ ਨੂੰ ਕਰਤੇ ਆ ਮੈਂ ਕੁਝ ਕਹਿਣ ਤੋਂ ਪਹਿਲਾਂ ਇੱਕ ਜ਼ਰੂਰ ਬੇਨਤੀ ਕਰਦਾ ਵਾਂ ਕਿ 26 ਜਨਵਰੀ ਬੜਾ ਨਾਜ਼ੁਕ ਦਿਨ ਹੈ ਸਪੈਸ਼ਲੀ ਕਿਉਂਕਿ ਕਿਸਾਨ ਏਕਤਾ ਜੁਨੀਅਨ ਨੇ ਵੀ ਆਪਣਾ ਅਲਟੀਮੇਟ ਦਿੱਤਾ ਕਿ ਅਸੀਂ 26 ਤਰੀਕ ਨੂੰ ਉੱਥੇ ਜਿਹੜੀ ਆ ਰੈਲੀ ਕੱਢਣੀ ਆ ਟਰੈਕਟਰਾਂ ਦੀ ਤੇ ਗਵਰਨਮੈਂਟ ਨੂੰ ਵੀ ਇਹ ਆ ਕਿ ਇਹ ਰੈਲੀ ਅਸੀਂ ਹੋਣ ਨਹੀਂ ਦੇਣੀ ਬੜੇ ਕੁਸ ਮੇਠੀ ਉਹਨਾਂ ਛੱਡਣੇ ਆ ਵੀਰੋ ਮੇਰੀ ਹੱਥ ਜੋੜ ਕੇ ਬੇਨਤੀ ਆ ਜਿੰਨੇ ਵੀ ਆਪ ਉਥੇ ਸਿੱਘੂ ਬਾਰਡਰ ਤੇ ਕਿੰਡੀ ਬਾਰਡਰ ਤੇ ਬੈਠੇ ਜੇ ਕਿ ਤੁਹਾਡੇ ਤੇ ਬੜੀ ਕੋਸ਼ਿਸ਼ ਕਰਨੀ ਆ ਫੋਟ ਪਾਉਣ ਦੀ ਦੇਖਿਓ ਆਪਣਾ ਵਿਸ਼ਵਾਸ ਨਾ ਇੱਕ ਦੂਜੇ ਤੋਂ ਗਵਾਇਓ ਕਿਉਂਕਿ ਇਹ ਜਿਹੜੇ ਸਰਕਾਰਾਂ ਕਰਦੀਆਂ ਕਿ 1.5 ਸਾਲ 2 ਸਾਲ ਦਾ ਤੁਹਾਨੂੰ ਟਾਈਮ ਦਿੰਦੀਆਂ ਮੁੜ ਕੇ ਸਾਨੂੰ ਮੌਕਾ ਨਹੀਂ ਮਿਲਣਾ ਇਹ ਇਦਾਂ ਇਕੱਠੇ ਹੁੰਦਾ ਬੇਨਤੀ ਆ ਕਿ ਤੁਸੀਂ ਜੁੜੇ ਰਹਿਣਾ ਵਾ ਬਾਕੀ ਮੈਂ ਬੇਨਤੀ ਇਹ ਦੱਸ ਦੇਣਾ ਚਾਹਣਾ ਵਾ ਕਿ ਐਨ ਆਰ ਆਈ ਵੀਰ ਜਿਹੜੇ ਆ ਉਹ ਹਮੇਸ਼ਾ ਹੀ ਕਿਉਂਕਿ ਅਸੀਂ ਸਾਰੇ ਕਿਸਾਨੀ ਨੂੰ ਬਿਲੋਂਗ ਕਰਦੇ ਆ ਕਿਸਾਨੀ ਇਹ ਨਹੀਂਗਾ ਕਿ ਜਿਹੜਾ ਕਿਸਾਨ ਹੈ ਹਾਲ ਵੋਂਦਾ ਉਹ ਕਿਸਾਨ ਆ ਹਰ ਛੋਟਾ ਮੋਟਾ ਬਿਜ਼ਨਸ ਜਿਹੜਾ ਵਾ ਜਿਹੜਾ ਕਿਰਤ ਕਰਦਾ ਵਾ ਉਹ ਕਿਸਾਨੀ ਨਾਲ ਜੁੜਿਆ ਕਿਉਂਕਿ ਇਹ ਇੱਕ ਚੇਰ ਆ ਜਦੋਂ ਚੇਨ ਦੇ ਵਿੱਚੋਂ ਇੱਕ ਦੰਦਾ ਭੁਰ ਜਾਂਦਾ ਇੱਕ ਮੜਾ ਮਣਕਾ ਨਿਕਲ ਜਾਂਦਾ ਤੇ ਚੇਨ ਖੇਰੂ ਖੇਰੂ ਹੋ ਜਾਂਦੀ ਆ ਸੋ ਸਾਨੂੰ ਸਾਰਿਆਂ ਨੂੰ ਇਸ ਚੀਜ਼ ਤੇ ਜੁਆਇਨ ਰਹਿਣਾ ਚਾਹੀਦਾ ਵਾ ਤੇ ਰਲ ਮਿਲ ਕੇ ਜਿਹੜਾ ਵਾ ਇਹ ਸਾਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਵਾ ਆਪਾਂ ਪਿਛਲੇ ਸਮੇਂ ਦੇ ਵਿੱਚ ਵੇਖਿਆ ਵਾ ਕਿ ਕਿਸ ਤਰ੍ਹਾਂ ਮੈਂ ਸਪੈਸ਼ਲੀ ਕਹਿਣੀ ਚਾਹਣਾ ਵਾ ਕਿਉਂਕਿ ਟਾਈਮ ਹੈ ਥੋੜਾ ਜਿਆਦਾ ਲਾਰਿਆ ਲਾਸਟ ਵੀਕ ਇੱਕ ਆਰਐਸਐਸ ਦਾ ਬੰਦਾ ਜਿਹੜਾ ਵਾ ਉਹ ਦਾੜੀ ਨਕਲੀ ਲਾ ਕੇ ਸ੍ਰੀ ਸਾਹਿਬ ਪਾ ਕੇ ਸਿਰ ਤੇ ਪੱਗ ਬੱਧੀ ਆ ਉਹ ਉਥੇ ਆਪਣੇ ਆਪ ਨੂੰ ਸਿੱਖ ਦੱਸਣ ਡਿਆ ਪਰ ਹੋਇਆ ਕਿ ਕੱਟਿਓ ਦੀ ਦਾੜੀ ਆ ਸ਼ਰਾਬ ਦੀ ਬੋਤਲ ਉਹਦੇ ਹੱਥ ਆ ਤੇ ਜਰਦਾ ਉਹਨੇ ਲਾਇਆ ਵਾ ਸਾਨੂੰ ਇਦਾਂ ਦੀਆਂ ਚੀਜ਼ਾਂ ਤੋਂ ਇਦਾਂ ਦੇ ਲੋਕਾਂ ਤੋਂ ਜਿਹੜਾ ਬੜਾ ਬਚਾ ਕਰਨਾ ਚਾਹੀਦਾ ਫਿਰ ਤੋਂ ਬੇਨਤੀ ਕਰਨਾ ਵਾ ਕਿ ਵੇਖਿਓ ਬੜੀ ਕੋਸ਼ਿਸ਼ ਕਰਨੀ ਆ ਤੁਹਾਡੇ ਵਿੱਚ ਫੁੱਟ ਪਾਉਣ ਦੀ ਤੁਸੀਂ ਇਸ ਪਾਸੇ ਨਾ ਆਇਓ ਜੁੜੇ ਰਹੋ ਕਿਉਂਕਿ ਅਸੀਂ ਤੁਹਾਡੀ ਉਹਨੀ ਦੇ ਸਪੋਰਟ ਕਰ ਸਕਦੇ ਜਿੱਦ ਦੀਰ ਤੁਹਾਡੇ ਵੱਲੋਂ ਸਾਨੂੰ ਇਹ ਆਵਾਜ਼ ਆਉਂਦੀ ਰਹਿੰਦੀ ਆ ਕਿ ਤੁਸੀਂ ਇਕਜੇ ਕਿਉਂਕਿ ਤੁਹਾਡੇ ਨਾਲ ਹੀ ਅਸੀਂ ਜੁੜੇ ਆਂ ਜਦੋਂ ਤੁਹਾਡੇ 'ਚ ਕੋਈ ਵਿਥ ਪੈ ਗਈ ਇਹਨਾਂ ਐਰਰ ਐਨ ਆਰ ਆਈ ਦੇ ਵਿੱਚ ਵਿਥ ਪੈ ਜਾਣੀਆਂ ਆ ਸੋ ਬੇਨਤੀ ਆ ਕਿ ਜੁੜੇਰੋ ਬਾਰ-ਬਾਰ ਤੁਹਾਡੇ ਐਨਆਰਆਈ ਵੀਰਾਂ ਨੂੰ ਅਪੀਲ ਆ ਬਾਕੀ ਜਿੱਥੇ-ਜਿੱਥੇ ਵੀ ਵੀਰ ਬੈਠੇ ਆ ਮੈਂ ਇਹ ਦਿਨ ਇਹ ਦੱਸਣਾ ਜੱਸ ਦੇਣੀ ਚਾਹਣਾ ਕਿ ਮੋਦੀ ਨੇ ਇੱਕ ਗੱਲ ਚੰਗੀ ਜ਼ਰੂਰ ਕੀਤੀ ਆ ਕੇ ਜਿਹੜੇ ਪੰਜਾਬ ਨੂੰ ਦੂਜੀਆਂ ਸਟੇਟਾਂ ਨਫ਼ਰਤ ਕਰਦੀਆਂ ਸੀ ਉਹਨਾਂ ਇਹ ਦੱਸ ਦਿੱਤਾ ਕਿ ਪੰਜਾਬ ਸਾਡਾ ਵੱਡਾ ਭਰਾ ਵਾ ਉਹਨਾਂ ਇਹ ਇਥੋਂ ਤੱਕ ਕਿਹਾ ਵਾ ਸ਼ਰਿਆਮ ਓਪਨ ਉਹਨਾਂ ਦੇ ਮੀਡੀਆ ਦੇ ਵਿੱਚ ਕਿ ਜੇ ਇਹ ਖਾਲਸਤਾਨੀ ਹੈ ਤੇ ਅਸੀਂ ਵੀ ਖਾਲਸਤਾਨੀ ਆਂ ਜੇ ਇਹ ਹੱਤਵਾਦੀ ਹੈ ਤੇ ਅਸੀਂ ਵੀ ਹੱਤਵਾਦੀ ਆਂ ਕਿਉਂਕਿ ਸਾਡੀ ਤਾਂ ਪਛਾਣ ਕਰਾਤੀ ਆ ਬਾਕੀ ਮੋਦੀ ਸਾਹਿਬ ਬੇਨਤੀ ਆ ਕਿ ਤੁਸੀਂ ਕੀ ਕਿਨਾ ਕੰਤ ਲੜਾਵਾ ਇਹ ਵੇਖੋ ਸਾਡੀਆਂ 2 ਤੋਂ 3 ਲਾਖਾਂ ਰੋਜ਼ ਪੰਜਾਬ ਨੂੰ ਜਾਂਦੀਆਂ ਵਾ ਤੁਹਾਡਾ ਇੱਕ ਸਿੰਗਲ ਬਿਆਨ ਨਹੀਂ ਆਇਆ ਕਿ ਇਹ ਇਸ ਤਰ੍ਹਾਂ ਹੋਣ ਰਿਹਾ ਵਾ ਤੁਹਾਨੂੰ ਇਹ ਆ ਕਿ ਕਿੰਗਰੀ ਬਾਡਰ ਤੋਂ ਕਿੰਗਰੀ ਬਾਡਰ ਤੋਂ ਉੱਠ ਕੇ ਤੇ ਪੰਜਾਬ ਨੂੰ ਚੱਲ ਜਣ ਪਰ ਤੁਹਾਡਾ ਇਹ ਤੁਸੀਂ ਇਸ ਚੀਜ਼ ਬਾਰੇ ਨਹੀਂ ਸੋਚਦੇ ਕਿ ਇਹ ਤੁਹਾਨੂੰ ਮਸਲਾ ਹੱਲ ਚ ਕਰਨਾ ਚਾਹੀਦਾ ਵਾ ਇਹ ਤੁਹਾਨੂੰ ਬਿੱਲ ਜਿਹੜੇ ਵਾਪਸ ਲੈਣੇ ਪੈਣੇ ਆ ਕਿਉਂਕਿ ਇਹਨਾਂ ਵੱਡਿਆਂ ਦੀ ਤੁਸੀਂ ਸਾਡੇ ਵੱਡਿਆਂ ਦੀ ਤੁਸੀਂ ਕੁਰਬਾਨੀਆਂ ਜਾਣਦੇ ਜੇ ਕਿ ਅਸੀਂ ਸਿਰਫ ਤੇ ਸਿਰਫ ਆਪਣੇ ਹੱਕਾਂ ਵਾਸਤੇ ਲੜਦੇ ਆ ਤੇ ਲੜਦੇ ਰਹਾਗੇ ਜਿੰਨੀ ਦੇਰ ਸਾਨੂੰ ਸਾਡੇ ਹੱਕ ਨਹੀਂ ਮਿਲਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੜਦੇ ਰਹਾਂਗੇ ਔਰ ਅੱਗੇ ਵੀ ਇਹ ਜੰਗ ਜੇਰੀ ਹੈ ਜਾਰੀ ਰਹੇਗੀ 26 ਜਨਵਰੀ ਨੂੰ ਉੱਚ ਹੋਣੀ ਹੈ ਦਿੱਲੀ ਵਿਖੇ ਬਹੁਤ ਸਾਰੀ ਕੋਸ਼ਿਸ਼ਾਂ ਹੋਣਗੀਆਂ ਤਾਕਤਾਂ ਨੂੰ ਇਹਦਾ ਤਾਕਤਾਂ ਰਹੀ ਤੁਹਾਨੂੰ ਤੁਹਾਡੇ ਵਿੱਚ ਗੂੰਜਣ ਲਿਆਉਣ ਦੀ ਲੇਕਿਨ ਤੁਸੀਂ ਗੂੰਜਣ ਨਹੀਂ ਹੋਣਾ ਤੁਸੀਂ ਇਸ ਸੰਘਰਸ਼ ਨੂੰ ਉਸੇ ਤਰੀਕੇ ਨਾਲ ਤਿੱਖਾ ਰੱਖਣਾ ਹੈ ਦਵਿੰਦਰ ਸਿੰਘ ਬੋਪੜਾ ਹੋਣੇ ਗੱਲ ਕਹੀ ਕਿ 2% ਵਾਲਿਆਂ ਨੇ ਲਾਤ ਦਿੱਤੇ ਲੰਗਰ ਤੁਹਾਨੂੰ ੜਕਾਉਣ ਲਈ ਆਉਣਗੇ ਕੁਝ ਬੰਦਰ ਔਰ ਜੇਕਰ ਤੁਸੀਂ ਆਪਣੀ ਕਿਸਾਨੀ ਨੂੰ ਬਚਾਉਣਾ ਹੈ ਤੁਸੀਂ ਨਹੀਂ ਕਰਨਾ ਕੋਈ ਵੀ ਗਦਰ ਤੁਹਾਡੀ ਕਿਸਾਨੀ ਹੈਗੀ ਹੈ ਮਦਰ ਫਿਲਹਾਲ ਇੱਕ ਬ੍ਰੇਕ ਲਈ ਅਸੀਂ ਰੁਕ ਰਿਹਾ ਬ੍ਰੇਕ ਤੋਂ ਬਾਅਦ ਅਸੀਂ ਸਾਂਝੇ ਮਸਲੇ ਨੂੰ ਵੌਇਸ ਆਫ ਐਨਰਾਈਜ਼ ਨੂੰ ਇਸੇ ਤਰੀਕੇ ਨਾਲ ਰੱਖਾਂਗੇ ਜਾਰੀ